ਸੰਦੋਆ ਦੇ ਪੀਏ ਜਸਪਾਲ ਪਾਲੀ ਨੇ ਆਪ ਨੂੰ ਛੱਡ ਕੇ ਫੜਿਆ ਕਾਂਗਰਸ ਦਾ ਹੱਥ। ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਪੀਏ ਜਸਪਾਲ ਸਿੰਘ ਪਾਲੀ ਨੇ ਸਾਥੀਆਂ ਸਮੇਤ ਆਪ ਨੂੰ ਅਲਵਿਦਾ ਕਹਿ ਕੇ ਕਾਂਗਰਸ ਦਾ ਹੱਥ ਫੜ ਲਿਆ। ਇਸ ਮੌਕੇ ਕਾਂਗਰਸ ਆਗੂ ਵਰਿੰਦਰ ਸਿੰਘ ਢਿੱਲੋਂ ਨੇ ਜਸਪਾਲ ਸਿੰਘ ਪਾਲੀ ਅਤੇ ਉਹਨਾਂ ਦੇ ਸਾਥੀਆਂ ਨੂੰ ਸਿਰੋਪੇ ਭੇਂਟ ਕਰਕੇ ਪਾਰਟੀ ਵਿੱਚ ਜੀ ਆਇਆ ਆਖਿਆ। ਇਸ ਦੌਰਾਨ ਵਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਪਣਾ ਆਧਾਰ ਦਿਨ ਪ੍ਰਤੀਦਿਨ ਖਤਮ ਕਰ ਰਹੀ ਹੈ। ਉੱਥੇ ਹੀ ਜਸਪਾਲ ਸਿੰਘ ਪਾਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਖਹਿਰਾ ਅਤੇ ਮਾਨ ਧੜਿਆਂ ਵਿੱਚ ਵੰਡਣਾ ਅਤੇ ਰੋਜ਼ਾਨਾ ਇੱਕ ਦੂਜੇ ਪ੍ਰਤੀ ਵਿਰੋਧ ਦੇ ਰਵੱਈਏ ਤੋਂ ਖਫਾ ਹੋ ਕੇ ਉਹ ਕਾਂਗਰਸ ਵਿੱਚ ਆਏ ਹਨ। ਕੁਝ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਜੋ ਗ੍ਰਹਿ ਯੁੱਧ ਚੱਲ ਰਿਹਾ, ਜਿਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ, ਭਗਵੰਤ ਮਾਨ ਤੇ ਹੋਰ ਵੀ ਪਾਰਟੀ ਦੇ ਬਹੁਤ ਸਾਰੇ MLAs ਜਾਂ ਹੋਰ ਵੱਡੇ ਅਹੁਦੇਦਾਰ ਪੰਜਾਬ ਲੈਵਲ ਦੇ, ਉਹ ਇੱਕ ਕੁਰਸੀ ਦੀ ਦੌੜ ਵਿੱਚ ਸੀਮਤ ਹੋ ਕੇ ਰਹਿ ਗਏ ਹੈ, ਤੇ ਜਿਸ ਦੇ ਨਾਲ ਆਮ ਪਾਰਟੀ ਦੇ ਜਿਨ੍ਹਾਂ ਨੇ ਸਾਡੇ ਵਰਗੇ ਨੌਜਵਾਨਾਂ ਨੇ ਇੱਕ ਪੋਸਟਰ ਲਗਾਉਣ ਦੀ ਸੇਵਾ ਨਿਭਾਈ ਆਮ ਆਦਮੀ ਪਾਰਟੀ ਦੇ ਟੀਮ ਦੇ ਨਾਲ, ਤੇ ਉਹਨਾਂ ਨੂੰ ਬਹੁਤ ਇਸ ਚੀਜ਼ ਦਾ ਦੁੱਖ ਵੀ ਲੱਗਿਆ, ਧੱਕਾ ਵੀ ਲੱਗਿਆ। ਜੋ ਅਸੀਂ ਆਪਣੇ ਹੱਥਾਂ ਨਾਲ ਪਾਰਟੀ ਖੜੀ ਸੀ ਕਰੀ ਸੀਗੀ, ਉਹ ਇਹਨਾਂ ਕੁਛ ਕੁਰਸੀ ਦੇ ਲਾਲਚੀ ਲੀਡਰਾਂ ਨੇ ਖਤਮ ਕਰ ਦਿੱਤੀ ਹੈ, ਤੇ ਅੱਜ ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਮੈਂ ਸਰਦਾਰ ਵਰਿੰਦਰ ਸਿੰਘ ਢਿੱਲੋਂ ਤੇ ਸਾਡੇ ਵੱਡੇ ਭਰਾ ਨਰਿੰਦਰ ਬੱਗਾ ਜੀ ਦੀ ਅਗਵਾਈ ਦੇ ਵਿੱਚ ਕਾਂਗਰਸ ਜੁਆਇਨ ਕਰ ਰਿਹਾ। ਨਹੀਂ, ਮੇਰਾ ਐਵੇਂ ਦਾ ਕੋਈ ਉਹਨਾਂ ਨਾਲ ਵਿਵਾਦਿਕ ਮਾਮਲਾ ਨਹੀਂ ਸੀਗਾ। ਸੋ ਜੋ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਵੀ ਪਤਾ ਹੈ, ਹੋਰ ਲੋਕਾਂ ਨੂੰ ਵੀ ਪਤਾ ਹੈ, ਜੋ ਘਟਨਾਵਾਂ ਵਾਪਰੀਆਂ ਉਹਨਾਂ ਦੇ ਦੌਰਾਨ ਕੋਈ ਮੇਰਾ ਉਹਨਾਂ ਦੇ ਨਾਲ ਕੋਈ ਮਤਭੇਦ ਨਹੀਂ ਸੀਗਾ। ਉਹ ਜੋ ਵੀ ਕੋਰਟ ਕੇਸ ਚੱਲ ਰਹੇ ਨੇ, ਮੈਂ ਉਹ ਆਪਣੀ ਪੂਰੀ ਜ਼ੋਰ ਲਾਵਾਂਗਾ ਉਹਨਾਂ ਬੰਦਿਆਂ ਨੂੰ ਸਜ਼ਾਵਾਂ ਦਿਵਾਉਣ ਦੇ ਵਿੱਚ ਵੀ, ਤੇ ਮੈਂ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਪਾਰਟੀ ਨਹੀਂ ਛੱਡ ਰਿਹਾ। ਸਿਰਫ ਪਾਰਟੀ ਦੀਆਂ ਜੋ ਗ੍ਰਹਿ ਯੁੱਧ ਚੱਲ ਰਿਹਾ, ਕੁਰਸੀ ਦਾ ਰਾਜ ਚੱਲ ਰਿਹਾ, ਉਸ ਵਜ੍ਹਾ ਦੇ ਨਾਲ ਅੱਜ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਜੁਆਇਨ ਕਰੀ। ਪਾਲੀ ਜੀ ਨੇ ਨਾਲ CYSS ਦੇ ਪ੍ਰਧਾਨ ਵੀ ਆ, ਆਪਣਾ ਕੀ ਕਹਿੰਦੇ ਲੱਖਣ ਵੀ ਆ, ਕਾਕੂ ਵੀ ਆ ਮੁੰਡਾ, ਇਹਦਾ ਬੇਸਿਕਲੀ ਯੂਥ ਕਲੱਬ ਦਾ ਪ੍ਰਧਾਨ ਵੀ ਆ ਥਾਣੇ ਪਿੰਡ ਦੇ। ਸੋ ਮੇਰਾ ਸਿਰਫ ਇਹ ਕਹਿਣ ਦਾ ਮਤਲਬ ਆ, ਇਹ ਮੈਂ ਇਹਦੇ ਵਿੱਚ ਜੋ ਲੋਕਾਂ ਚ ਇੱਕ ਮੋੜਾ ਪੈ ਰਿਹਾ ਵਾ, ਜਿਹੜੇ ਲੋਕੀ ਪਿਛਲੀ ਵਾਰ ਬਹਿ ਗਏ ਸੀ ਜਿਹਦੇ ਕਰਕੇ ਅਸੀਂ ਹਾਰੇ ਵੀ, ਸੋ ਵਾਪਸੀ ਹੋ ਰਹੀ ਆ ਉਹ ਲੋਕਾਂ ਦੀ, ਔਰ ਅਸੀਂ ਇਹੀ ਸਮਾਂ ਹੁੰਦਾ ਵਾ ਜਦੋਂ ਲੋਕਾਂ ਨੂੰ ਵਾਪਸ ਕਰਾਉਣ ਦਾ ਸਹੀ ਸਮਾਂ ਹੁੰਦਾ ਵਾ। ਬੜੀ ਦੇਰ ਤੋਂ ਗੱਲਬਾਤ ਚੱਲਦੀ ਪਈ ਸੀ, ਸੋ ਹੁਣ ਉਸ ਸਮੇਂ ਦੇ ਵਿੱਚ, ਕਿਉਂਕਿ ਆਮ ਆਦਮੀ ਕਿਤੇ ਨਾ ਕਿਤੇ ਆਪਣਾ ਪੰਜਾਬ ਵਿੱਚ ਆਧਾਰ ਖਤਮ ਕਰ ਰਹੀ ਆ, ਔਰ ਲੋਕਾਂ ਦੀ ਜੋ ਆਸਾਂ ਉਮੀਦਾਂ ਸੀਗੀਆਂ ਉਹ ਇੱਕ ਵਾਰ ਕਿਤੇ ਨਾ ਕਿਤੇ ਉਹਨਾਂ ਨਾਲ ਜਾ ਕੇ ਇੱਕ ਵਾਰ ਬਹਿ ਗਏ। ਇੱਕ ਵਾਰ ਉਹਨਾਂ ਨੇ ਇਹਨਾਂ ਨੇ ਜਿੱਥੇ ਜਿੱਥੇ ਕਈ ਜਗ੍ਹਾ ਬੇਵਕੂ ਬਣਾਉਣ ਵਿੱਚ ਸ਼ਾਮਲ ਹੋਏ, ਕਿਉਂਕਿ ਇਹਨਾਂ ਦੇ ਕੋਲ ਡਰਾਮੇਬਾਜ਼ੀ ਕਰਨ ਦਾ ਬਹੁਤ ਵੱਡਾ ਇੱਕ ਤਰ੍ਹਾਂ ਤੋਂ ਤਰੀਕਾ ਵੀ ਆ, ਔਰ ਉਹਨਾਂ ਨੂੰ ਆਉਂਦਾ ਵੀ ਆ ਉਹ ਕੰਮ ਕਰਨਾ। ਸੋ ਸਮਾਂ ਘੱਟ ਕਰਨ, ਉਦੋਂ ਉਸ ਸਮੇਂ ਜਦੋਂ ਮੈਨੂੰ ਟਿਕਟ ਮਿਲੀ ਉਦੋਂ ਸਮਾਂ ਘੱਟ ਸੀਗਾ, ਉਦੋਂ ਅਸੀਂ ਇਹ ਚੀਜ਼ਾਂ ਕਰ ਨਹੀਂ ਸਕੇ। ਸੋ ਹੁਣ ਲੋਕੀ ਉਸ ਤਰੀਕੇ ਨਾਲ ਮੋੜਾ ਪਾ ਰਹੇ, ਔਰ ਮੈਨੂੰ ਲੱਗਦਾ ਵੀ ਪਾਲੀ ਵਰਗੇ ਨੌਜਵਾਨ ਜਿਨ੍ਹਾਂ ਨੇ ਆਮ ਆਦਮੀ ਨੂੰ ਖੜਾ ਕੀਤਾ ਇਸ ਹਲਕੇ ਦੇ ਵਿੱਚ, ਇਹਨਾਂ ਨੇ ਆਮ ਆਦਮੀ ਕਾਂਗਰਸ ਪਾਰਟੀ ਨੂੰ ਵੀ ਬਹੁਤ ਬਲ ਮਿਲੇਗਾ।